ਵੈਲਕਮ ਬੈਕ ਅਗੇਨ ਗਾਇਜ਼, ਮੈਂ ਤਰੁਣ ਰਾਜਪੂਤ ਤੁਹਾਡਾ ਵੈਲਕਮ ਕਰਦਾ। ਸੋ ਦੋਸਤੋ, ਸ਼ੁੱਕਰਵਾਰ ਰਿਲੀਜ਼ ਹੋਈ ਮੂਵੀ ਫੁਰਤੀਲਾ, ਜੱਸੀ ਗਿੱਲ, ਪੰਜਾਬੀ ਐਕਟਰ ਜੱਸੀ ਗਿੱਲ ਅਤੇ ਅਮਾਇਰਾ ਦਸਤੂਰ ਦੀ ਮੂਵੀ ਫੁਰਤੀਲਾ, ਜੋ ਕਿ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਸੀ। ਪਰ ਕਿਉਂ ਦੋਸਤੋ, ਇਹ ਮੂਵੀਆਂ ਆਪਣੇ ਬਜਟ ਤੋਂ ਬਹੁਤ ਘੱਟ ਦੋਸਤੋ ਕਲੈਕਸ਼ਨ ਕਰ ਰਹੀਆਂ ਨੇ। ਸੋ ਮੂਵੀ ਦਾ ਬਜਟ ਕਿੰਨਾ ਆ, ਮੂਵੀ ਨੇ ਇਹਨਾਂ ਤਿੰਨਾਂ ਚੌਹਾਂ ਦਿਨਾਂ ਦੇ ਵਿੱਚ ਕਿੰਨੇ ਪੈਸੇ ਕਮਾ ਲਏ ਨੇ, ਕਲੈਕਸ਼ਨ ਕਿੰਨਾ ਕਰ ਲਿਆ, ਉਹ ਸਭ ਗੱਲਾਂ ਕਰੂੰਗਾ। ਪਲੀਜ਼ ਤੁਸੀਂ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਅਤੇ ਚੈਨਲ ਸਬਸਕ੍ਰਾਈਬ ਕਰਿਓ। ਸੋ ਚਲੋ ਦੋਸਤੋ, ਆਪਾਂ ਗੱਲ ਕਰਦੇ ਹਾਂ ਮੂਵੀ ਦਾ ਬਜਟ ਕਿੰਨਾ ਆ। ਸੋ ਦੋਸਤੋ, ਜੱਸੀ ਗਿੱਲ ਦੀ ਮੂਵੀ ਫੁਰਤੀਲਾ ਦਾ ਜੋ ਬਜਟ ਆ ਉਹ ਮੈਕਸੀਮਮ ਦੋਸਤੋ 5 ਕਰੋੜ ਆ। 5 ਕਰੋੜ ਹੀ ਸ਼ਾਇਰ ਮੂਵੀ ਦਾ ਸੀ, 5 ਕਰੋੜ ਹੀ ਇਸ ਮੂਵੀ ਦਾ ਆ। ਸੋ ਸ਼ਾਇਰ ਮੂਵੀ ਨੇ ਕਿਤੇ ਨਾ ਕਿਤੇ ਆਪਣਾ ਬਜਟ ਦੇ ਮੁਤਾਬਿਕ ਯਾਨੀ ਕਿ ਕਲੈਕਸ਼ਨ ਕਰ ਲਿਆ ਆ। ਬਟ ਇੱਥੇ ਇਹਦਾ ਪਹਿਲੇ ਦਿਨ ਦਾ ਕੀ ਕਲੈਕਸ਼ਨ ਆ? ਸੋ ਇਹਦਾ ਜੋ ਪਹਿਲੇ ਦਿਨ ਦਾ ਕਲੈਕਸ਼ਨ ਆ ਦੋਸਤੋ 4 ਲੱਖ, ਜੋ ਕਿ ਬਹੁਤ ਹੀ ਦੋਸਤੋ ਬਹੁਤ ਹੀ ਯਾਰ ਮੈਂ ਕਹੂੰਗਾ ਕਿ ਬਹੁਤ ਹੀ ਲੋਅ ਬਜਟ, ਸੋਰੀ ਬਹੁਤ ਹੀ ਲੋਅ ਕਲੈਕਸ਼ਨ ਆਇਆ ਇਹ। ਸੋ ਇਹ ਤੋਂ ਮੈਨੂੰ ਇੰਨੀ ਉਮੀਦ ਨਹੀਂ ਸੀ ਕਿ ਯਾਰ ਪੰਜਾਬੀ ਇੰਡਸਟਰੀ ਦੀ ਯਾਰ 4 ਲੱਖ ਇੱਦਾਂ ਦਾ ਸੀ ਕੀ ਕਹਿੰਦੇ ਕਲੈਕਸ਼ਨ। ਉੜੀਸਾ, ਅਸਾਮ ਮੂਵੀ ਜਾਂ ਬੰਗਲਾਦੇਸ਼ੀ ਮੂਵੀ, ਉਹਨਾਂ ਦਾ ਦੋਸਤ ਇੱਦਾਂ ਹੁੰਦਾ, ਜੋ ਕਿ ਅੱਜ ਪੰਜਾਬੀ ਇੰਡਸਟਰੀ ਵਾਲੀਆਂ ਮੂਵੀਆਂ ਦਾ ਇੱਦਾਂ ਕਲੈਕਸ਼ਨ ਆ ਰਿਹਾ। ਕਿਤੇ ਦੋਸਤੋ ਆਪਾਂ ਦੇਖੀਦਾ ਸੀ ਦਿਲਜੀਤ ਦੋਸਾਂਝ ਦੀ, ਐਮੀ ਵਿਰਕ ਜਾਂ ਗਿੱਪੀ ਗਰੇਵਾਲ ਦੀ ਮੂਵੀ ਆਉਂਦੀ ਸੀ, ਉਹਨਾਂ ਦਾ 1-2-3 ਕਰੋੜ ਇੱਦਾਂ ਪਹਿਲੇ ਦਿਨ ਦਾ ਆਉਂਦਾ ਸੀ। ਜਦਕਿ ਕੈਰੀ ਓਨ ਜੱਟਾ ਉਹਦਾ 5 ਕਰੋੜ ਆ ਗਿਆ ਸੀ ਪਹਿਲੇ ਦਿਨ ਦੋਸਤੋ। ਇਹਦਾ 4 ਲੱਖ ਪਹਿਲੇ ਦਿਨ ਦਾ ਆਇਆ। ਹੁਣ ਇਹ ਨਹੀਂ ਮੈਂ ਕਹਿੰਦਾ ਕਿ ਜੱਸੀ ਗਿੱਲ ਮਾੜਾ ਐਕਟਰ, ਐਕਟਰ ਬਹੁਤ ਵਧੀਆ ਆ। ਸੋ ਜਨਤਾ ਔਡੀਅੰਸ ਕੀ ਪਸੰਦ ਕਰਨਾ ਚਾਹੁੰਦੀ ਆ ਇਹਦਾ ਨਹੀਂ ਪਤਾ। ਸੋ ਸੈਚਰਡੇ ਦੀ ਗੱਲ ਕਰਾਂ, ਸੈਚਰਡੇ ਦਾ ਜੋ ਸਾਹਮਣੇ ਨਿਕਲ ਕੇ ਆ ਰਿਹਾ ਉਹ 7 ਲੱਖ ਆ। ਸੋ ਸੰਡੇ ਦੀ ਦੋਸਤੋ ਗੱਲ ਕਰੀਏ 10 ਲੱਖ ਆ। ਸੰਡੇ ਵਾਲੇ ਦਿਨ ਕਾਫੀ ਅੱਛਾ ਕਲੈਕਸ਼ਨ ਆਇਆ। ਸੋ 10 ਤੇ 7 17 ਤੇ 4 21 ਲੱਖ ਰੁਪਈਆ ਯਾਨੀ ਕਿ ਇਹਨਾਂ ਤਿੰਨਾਂ ਦਿਨਾਂ ਦੇ ਵਿੱਚ ਆਇਆ। ਸੋ ਅੱਜ ਦੀ ਗੱਲ ਕਰਾਂ ਦੋਸਤੋ, ਅੱਜ 1.5 ਤੋਂ 2 ਲੱਖ ਰੁਪਏ ਦੇ ਵਿੱਚ ਇਸ ਮੂਵੀ ਦਾ ਜੋ ਕਲੈਕਸ਼ਨ ਨਿਕਲ ਕੇ ਸਾਹਮਣੇ ਆ ਰਿਹਾ ਆ, ਜੋ ਕਿ ਅਫੀਸ਼ੀਅਲ ਹਾਲੇ ਸ਼ੋਅ ਨਹੀਂ ਕੀਤਾ ਗਿਆ ਬਟ ਇੱਥੇ ਤੱਕ ਹੀ ਆ। ਸੋ ਮੂਵੀ ਨੂੰ ਦੋਸਤੋ ਬਹੁਤ ਹੀ ਪੋਜ਼ਿਟਿਵ ਰਿਵਿਊ ਮਿਲ ਰਹੇ ਨੇ। ਸੋ ਵਧੀਆ ਬਤਾਇਆ ਜਾ ਰਿਹਾ ਹੈ ਮੂਵੀ ਨੂੰ, ਬਹੁਤ ਵਧੀਆ ਆ। ਸੋ ਇੱਕ ਕਾਲਜ ਦੀ ਜਨਰੀ ਦਿਖਾਈ ਜਾ ਰਹੀ ਆ ਲਾਈਫ, ਇੱਕ ਬੰਦਾ ਕਿੱਦਾਂ, ਮੈਂ ਹਲੇ ਮੂਵੀ ਨਹੀਂ ਦੇਖੀ ਤੁਹਾਨੂੰ ਐਵੇਂ ਝੂਠ ਬੋਲਾਂ। ਸੋ ਰਿਵਿਊਜ਼ ਮੈਂ ਦੇਖੇ ਸੀ, ਰਿਵਿਊਜ਼ ਕਾਫੀ ਵਧੀਆ ਨਿਕਲ ਕੇ ਆ ਰਹੇ ਨੇ ਸਾਹਮਣੇ। ਸੋ ਬਾਕੀ ਦੇਖੋ ਕੀ ਡਿਸੀਜਨ ਆ ਇਹਨਾਂ ਦਾ, ਮੇਕਰਸ ਦਾ, ਕਿ ਕਲੈਕਸ਼ਨ ਘੱਟ ਦੱਸ ਰਹੇ ਨੇ ਕਿ ਵਾਕਈ ਕਲੈਕਸ਼ਨ ਇੰਨਾ ਆ ਰਿਹਾ, ਜੋ ਆਪਾਂ ਬੁੱਕ ਮਾਈ ਸ਼ੋਅ 'ਤੇ ਚੈੱਕ ਵੀ ਕਰ ਰਹੇ ਹਾਂ। ਪਰ ਉੱਥੇ ਵੀ ਦੋਸਤੋ ਇੰਨਾ ਇਹਦਾ ਕੁਛ ਹੈ ਨਹੀਂ, ਆਡੀਅੰਸ ਰਿਸਪੋਂਸ ਨਹੀਂ ਦਿਖਾ ਰਹੀ ਆ, ਸ਼ੋਅ ਖਾਲੀ ਹੀ ਜਾ ਰਹੇ ਨੇ। ਸੋ ਬਾਕੀ ਮੈਂ ਇਹ ਆਸ ਕਰਦਾ ਕਿ ਮੂਵੀ ਵਧੀਆ ਚੱਲੇ। ਸੋ ਤੁਸੀਂ ਬਾਕੀ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਜਲਦ ਮਿਲਾਂਗੇ, ਸੋ ਟਿਲ ਦੈਨ ਬਾਏ ਬਾਏ।